ਵੀਰੋ ਲਾਈਟ ਮੱਥੇ ਲੱਗਦੀ ਹੈ, ਮੈਂ ਝੂਠ ਨਹੀਂ ਬੋਲਦਾ, ਮੇਰੇ ਬੱਤੀ ਦੰਦ ਨੇ, ਜੋ ਮੈਂ ਕਹਿ ਦਿੰਦਾ ਬਹੁਤ ਵਾਰੀਆਂ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ, ਸੱਚੀਆਂ ਹੋ ਜਾਂਦੀਆਂ। ਮੈਂ ਕਿਹਾ ਸੀ ਮਜੀਠੀਆ ਹਾਰੂ, ਮੈਂ ਕਿਹਾ ਸੀ ਬਾਦਲ ਕਾ ਸਾਰਾ ਟੱਬਰ ਹੀ ਹਾਰੂ, ਮੈਂ ਕਿਹਾ ਸੀ ਕੈਪਟਨ ਹਾਰੂ, ਮੈਂ ਕਿਹਾ ਸੀ ਸਿੱਧੂ ਹਾਰੂ, ਮੈਂ ਕਿਹਾ ਸੀ ਭੱਠਲ ਹਾਰੂ, ਕਿਹਾ ਸੀ ਮਲੂਕਾ ਹਾਰੂ, ਬਲਟੋਆ ਹਾਰੂ, ਫਿਰ ਨਿਬੜ ਗਿਆ ਨਾ ਕੰਮ ਸਾਰਿਆਂ ਦਾ। ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ, ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ, ਅੱਗੇ ਜੋ ਤੁਹਾਡੇ ਦਿਲ ਚ ਉਹ ਬੋਲ ਦਿਓ, ਪੰਜਾਬ ਬਣੂਗਾ ਹੀਰੋ। ਇਹ ਤਾਂ ਨੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13-0 ਕਹਿਣਾ, ਇਹਦਾ ਤੁਸੀਂ ਆਪ, ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ। ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਿਹਾ ਦੇਖਦੇ ਹੋ, ਡਰਾਮਾ ਜਿਹਾ ਵੀ ਕੌਣ ਆਉਂਦਾ ਕੌਣ ਨਾ। ਪੰਜਾਬ ਬਣੂਗਾ ਹੀਰੋ 13-0। ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ, ਪਰਮਾਤਮਾ ਸਭ ਕੁਝ ਠੀਕ ਰੱਖੇ, ਲਾਈਟ ਮੱਥੇ ਲੱਗਦੀ ਹੈ, ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਹਾਂ, ਸਭ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ, ਕੱਲ ਨੂੰ ਕੇਜਰੀਵਾਲ ਦੀ ਜ਼ਮਾਨਤ ਹੋ ਰਹੀ ਹੈ, ਜੇ ਸਭ ਕੁਝ ਠੀਕ ਰਿਹਾ ਉਹ ਵੀ ਆਊਗਾ। ਔਰ ਆਉਣ ਸਾਰ ਪੰਜਾਬ ਲੈ ਕੇ ਆਊਂਗਾ ਕਿ ਜੀ ਉਹੀ ਪੰਜਾਬ ਹੈ ਜਿਹਨੇ 4 ਹਰੇ ਰੰਗ ਦੇ ਪੱਤੇ 2014 ਚ ਕੱਢੇ ਸੀ, ਉਹੀ ਪੰਜਾਬ ਹੈ ਜਿਹਨੇ 92 ਹਰੇ ਰੰਗ ਦੇ ਪੱਤੇ 2022 ਚ ਕੱਢੇ, ਅਤੇ ਸਰਕਾਰ ਹੈ ਵੀਰੋ, ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ, ਤੁਹਾਨੂੰ ਪੁੱਛ ਕੇ ਕੰਮ ਕਰਦੀ ਹੈ। ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ, ਇਹ ਵੇਚੀ ਜਾਂਦੇ ਆ। ਆ ਮੋਦੀ ਜੀ ਨੂੰ ਤਿੰਨ ਰਾਊਂਡ ਹੋ ਗਏ ਦੇਸ਼ ਦੇ ਵਿੱਚ, 3 ਰਾਊਂਡ ਹੋ ਗਏ ਵੋਟਾਂ ਦੇ, ਅੱਜ ਤੋਂ ਵੱਧ ਸੀਟਾਂ ਤੇ ਵੋਟਾਂ ਪੈ ਗਈਆਂ, ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ, ਅਬ ਕੀ ਵਾਰ 400 ਪਾਰ ਨਹੀਂ, ਅਬ ਕੀ ਵਾਰ ਤੋਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ। ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾਂ ਸਰਕਾਰ ਨਹੀਂ ਬਣਨੀ, ਲਿਖ ਲਿਓ ਅੱਜ ਤੁਸੀਂ। ਜਦੋਂ ਆਪਣਾ, ਜਦੋਂ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ 13-0 ਨਾਲ ਇੱਥੋਂ ਕੁਰੂਕਸ਼ੇਤਰ ਤੋਂ, ਫਿਰ ਦਿੱਲੀ ਤੋਂ, ਗੁਜਰਾਤ ਤੋਂ ਜਦੋਂ ਆਪਣੇ ਗਏ 20-25, 10 ਆਪਣੇ ਪਹਿਲੀ ਨੇ ਉੱਥੇ ਰਾਜ ਸਭਾ ਚ, ਜਦੋਂ ਆਪਣੇ 35-40 ਹੋ ਗਏ ਉੱਥੇ, ਫਿਰ ਮਜਾਲ ਆ ਕਿਸੇ ਦੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾਉਣ, ਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ ਮੈਂ ਦਿਖਾਊਂਗਾ ਤੁਹਾਨੂੰ। ਵੀਰੋ ਲਾਈਟ ਮੱਥੇ ਲੱਗਦੀ ਹੈ, ਮੈਂ ਝੂਠ ਨਹੀਂ ਬੋਲਦਾ, ਮੇਰੇ ਬੱਤੀ ਦੰਦ ਨੇ, ਜੋ ਮੈਂ ਕਹਿ ਦਿੰਦਾ ਬਹੁਤ ਵਾਰੀਆਂ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ, ਸੱਚੀਆਂ ਹੋ ਜਾਂਦੀਆਂ। ਮੈਂ ਕਿਹਾ ਸੀ ਮਜੀਠੀਆ ਹਾਰੂ, ਮੈਂ ਕਿਹਾ ਸੀ ਬਾਦਲ ਕਾ ਸਾਰਾ ਟੱਬਰ ਹੀ ਹਾਰੂ, ਮੈਂ ਕਿਹਾ ਸੀ ਕੈਪਟਨ ਹਾਰੂ, ਮੈਂ ਕਿਹਾ ਸੀ ਸਿੱਧੂ ਹਾਰੂ, ਮੈਂ ਕਿਹਾ ਸੀ ਭੱਠਲ ਹਾਰੂ, ਕਿਹਾ ਸੀ ਮਲੂਕਾ ਹਾਰੂ, ਬਲਟੋਆ ਹਾਰੂ, ਫਿਰ ਨਿਬੜ ਗਿਆ ਨਾ ਕੰਮ ਸਾਰਿਆਂ ਦਾ। ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ, ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ, ਅੱਗੇ ਜੋ ਤੁਹਾਡੇ ਦਿਲ ਚ ਉਹ ਬੋਲ ਦਿਓ, ਪੰਜਾਬ ਬਣੂਗਾ ਹੀਰੋ। ਇਹ ਤਾਂ ਨੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13-0 ਕਹਿਣਾ, ਇਹਦਾ ਤੁਸੀਂ ਆਪ, ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ। ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਿਹਾ ਦੇਖਦੇ ਹੋ, ਡਰਾਮਾ ਜਿਹਾ ਵੀ ਕੌਣ ਆਉਂਦਾ ਕੌਣ ਨਾ। ਪੰਜਾਬ ਬਣੂਗਾ ਹੀਰੋ 13-0।
ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ, ਪਰਮਾਤਮਾ ਸਭ ਕੁਝ ਠੀਕ ਰੱਖੇ, ਲਾਈਟ ਮੱਥੇ ਲੱਗਦੀ ਹੈ, ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਹਾਂ, ਸਭ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ, ਕੱਲ ਨੂੰ ਕੇਜਰੀਵਾਲ ਦੀ ਜ਼ਮਾਨਤ ਹੋ ਰਹੀ ਹੈ ਜੇ ਸਭ ਕੁਝ ਠੀਕ ਰਿਹਾ, ਉਹ ਵੀ ਆਊਗਾ। ਔਰ ਆਉਣ ਸਾਰ ਪੰਜਾਬ ਲੈ ਕੇ ਆਊਂਗਾ ਕਿ ਜੀ ਉਹੀ ਪੰਜਾਬ ਹੈ ਜਿਹਨੇ 4 ਹਰੇ ਰੰਗ ਦੇ ਪੱਤੇ 2014 ਚ ਕੱਢੇ ਸੀ, ਉਹੀ ਪੰਜਾਬ ਹੈ ਜਿਹਨੇ 92 ਹਰੇ ਰੰਗ ਦੇ ਪੱਤੇ 2022 ਚ ਕੱਢੇ ਤੇ ਸਰਕਾਰ ਹੈ ਵੀਰੋ, ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ, ਤੁਹਾਨੂੰ ਪੁੱਛ ਕੇ ਕੰਮ ਕਰਦੀ ਹੈ। ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ, ਇਹ ਵੇਚੀ ਜਾਂਦੇ ਆ, ਆਹ ਮੋਦੀ ਜੀ ਨੂੰ ਤਿੰਨ ਰਾਊਂਡ ਹੋ ਗਏ ਦੇਸ਼ ਦੇ ਵਿੱਚ, 3 ਰਾਊਂਡ ਹੋ ਗਏ ਵੋਟਾਂ ਦੇ, ਅੱਧ ਤੋਂ ਵੱਧ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ, ਅਬ ਕੀ ਵਾਰ 400 ਪਾਰ ਨਹੀਂ, ਅਬ ਕੀ ਵਾਰ ਤੋਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ। ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾਂ ਸਰਕਾਰ ਨਹੀਂ ਬਣਨੀ, ਲਿਖ ਲਿਓ ਅੱਜ ਤੁਸੀਂ। ਜਦੋਂ ਆਪਣਾ ਜਦੋਂ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ 13-0 ਨਾਲ ਇੱਥੋਂ ਕੁਰੂਕਸ਼ੇਤਰ ਤੋਂ ਫਿਰ ਦਿੱਲੀ ਤੋਂ ਗੁਜਰਾਤ ਤੋਂ ਜਦੋਂ ਆਪਣੇ ਗਏ 20-25 10 ਆਪਣੇ ਪਹਿਲੀ ਨੇ ਉੱਥੇ ਰਾਜ ਸਭਾ ਚ, ਜਦੋਂ ਆਪਣੇ 35-40 ਹੋ ਗਏ ਉੱਥੇ, ਫਿਰ ਮਜਾਲ ਆ ਕਿਸੇ ਦੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾਉਣ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ, ਮੈਂ ਦਿਖਾਊਂਗਾ ਤੁਹਾਨੂੰ।